खबरों का सिलसिला इतना ही लेते हैं, छोटी सी ब्रेक, ब्रेक के बाद आप देख सकेंगे स्यापा क्वीन विद रिहा जेट। मल्टी स्पेशलिटी हॉस्पिटल अशरफ मेडिकल सरगोधा, एड्रेस अशरफ मेडिकल सेंटर, कैंची मोड, लाहौर रोड, सरगोधा। फोन नंबर 0483225200 up to 10। छोटे मोटे काले चिट्टे सोने को सारे अस्सलाम वालेकुम, सलाम, नमस्ते ते सतरी अकाल। नाजरीन थानू पता है आज मैं लाहौर सूरत से आई हुई हां, मैं क्या अपने से जुतियां खरीद ला, थानू भी बहाने है तो आज केंद्रीय जुतियां मिलनिया वा। सतरी अकाल जी, मेरे ना बढ़िया जी जुतियां बखा दो। ठीक हो गया, सोने दी बनवाना? नहीं वीरे, सोना बड़ा महंगा है, तुसी एदे जे कोई बहा दो, मैं सोने दीयां जुतियां नहीं लैणी। मैं सराफा बाजार वाला ते सोना कह रहे नहीं, मैं ते सिंगर ते पानी लवा के कह रहे। अच्छा चलो सही है, फिर ओही बहा दो। वीरे अपनियां वर्गियां जुतियां ना वा, कोई चज दीयां जिन्नी वड्डी जुत्ती ना तुसी पाओ भी जाओगे ते पूरा चाहे। मैं नहीं सोना एदे जे, कोई और बखा, कोई चज दी। हां जी जुतियां नजर कमजोर है। अपने दो पुलिसियां चलदे ने। बिल्डिंग बनवा लो, एक साइड तो स्टील दी, एक साइड दी लो, तो मेरी बाजी पता लगे दूरों टूर दी आ रही है, लेबर वाली पेटी आ रही है। मैं उधरों वेल लेनी हूं, तुसी ते एवे मेनू पता नहीं पैड़ियां पैड़ियां जुतियां वहाई जा रहा। ओए इधर कोई वधिया जुतियां इधरों वेंदे आ, आ दिखा दो। ऐसे की हीरे लगे होए आ? ये स्टोन लगे हैं बाजी, इसमें ना अच्छे लगते हैं। ओए शीशा तोड़ना मेरे पल्ले पा देना। मैं समझ गया कि पता नहीं शीशा, माशाल्लाह शीशा इतना साफ रखे है। नाजरीन ए तो जुत्ती खरीद आया, मेनू ए पागल लग रहा, ए वेली जुत्ती किवें खरीद रहा जी? मैन नजर सारा आंदा वे, जान के मचला बनया है, नजर सारा आंदा। मेरे गल सुन, मेरे आराम गल कर, ठीक है?
ਤੈਨੂੰ ਪਤਾ ਮੈਂ ਕੌਣ ਆ ਨਹੀਂ ਮੈਂ ਨਸ ਨਸ ਕੇ ਗੱਲ ਕਰ ਰਹੀ ਆ ਮੈਂ ਵੀ ਆਰਾਮ ਨਾਲ ਖਲੋ ਕੇ ਗੱਲ ਕਰ ਰਹੀ ਆ ਆਰਾਮ ਨਾਲ ਗੱਲ ਕਰੀਏ ਸਰ ਜੀ ਤੁਹਾਡੇ ਕੋਲ ਅੱਲਾ ਮਾਫੀ ਦੇ ਮੋਟਰਵੇ ਤੇ ਗੱਲ ਹੋ ਰਹੀ ਤੁਹਾਡੇ ਨਾਲ ਨਹੀਂ ਮੈਂ ਹਾਈਵੇ ਤੇ ਗੱਲ ਹੋ ਰਹੀ ਨਹੀਂ ਕਿ ਸਮਝਾਓ ਤੁਸੀਂ ਬੱਚੀ ਨੂੰ ਯਾਰ ਇਸ ਨਾਲ ਗੱਲ ਕੀ ਇਸ ਨਾਲ ਗੱਲ ਕੀਤੀ ਜੀ ਮੈਂ ਤੇ ਕਿ ਸਰ ਮੈਂ ਦਿਖਾ ਦਿੰਦਾ ਬਜ਼ੁਰਗ ਤੇ ਕੰਮ ਤੇ ਵੇਖ ਲੋ ਜੁੱਤੀਆਂ ਖਾੜਾ ਲੈ ਲੈ ਤੁਸੀਂ ਆਂਦੇ ਹੋ ਤੇ ਤਮੀਜ਼ ਨਾਲ ਗੱਲ ਕਰੋ ਤਮੀਜ਼ ਨਾਲ ਕੀ ਸਮਝਾ ਦੇ ਮੈਂ ਬਾਰੀ ਸਰ ਦੇਖੋ ਨਾ ਬਜ਼ੁਰਗ ਤੇ ਕੰਮ ਤੇ ਜੁੱਤੀਆਂ ਖਾੜਾ ਲੈ ਤੁਸੀਂ ਕਹਿੰਦੇ ਤਮੀਜ਼ ਨਾਲ ਗੱਲ ਕਰੋ ਇਹ ਦਿਨ ਬਜ਼ੁਰਗ ਨਾਲ ਅਲਹਮਦੁਲਿਲਾ ਹਨੇਰੀ ਦੇ ਵਿੱਚ ਹੀ ਗੁੰਮ ਹੋ ਜਾਂਦੇ ਨੇ ਆਹ ਦੇਖੀਂ ਆਹ ਵੀਰੇ ਵਧੀਆ ਲੱਗ ਰਿਹਾ ਵਾ ਠੀਕ ਹੈ ਬਾਜੀ ਮੇਰੀ ਬਹੁਤ ਹੋ ਗਿਆ ਮੈਂ ਇਹੀ ਪਵਾ ਲਾਂਗੇ ਤਾਂ ਆਹ ਵਾਲਾ ਕੱਟ ਘਵਾਇਓ ਮੈਂ ਤਾਂ ਖਾ ਲਾਂ ਉਹ ਬਾਜੀ ਵਾਵਾ ਹੀ ਵਧੀਆ ਇੰਨੀ ਅੱਛੀ ਜੁੱਤੀ ਨਾ ਤੁਹਾਡੇ ਕੋਲ ਤੇ ਨਾਲ ਦੀ ਇੱਕ ਜਰਸੀ ਵੀ ਨਹੀਂ ਵੀਰੇ ਆ ਇਹਦੇ ਆ ਵਾਲੀ ਚੀਜ਼ ਤੈਨੂੰ ਮਾਰ ਕੇ ਵੇਖਾਂ ਜੇ ਤੇਰਾ ਖੂਨ ਨਿਕਲਿਆ ਫਿਰ ਮੈਂ ਖਰੀਦ ਲਾਂਗੀ ਬਾਜੀ ਤੂੰ ਜੁੱਤੀ ਲੈਣ ਆਈ ਹੈ ਜਾਂ ਅੱਲਾ ਮਾਫੀ ਤੇ ਕੋਈ ਫੱਟੇ ਸਿੱਧੇ ਕਰ ਮੇਰੇ ਮੇਰੀਆਂ ਮੱਲਾਂ ਚ ਲੜਾਈਆਂ ਬੜੀਆਂ ਹੁੰਦੀਆਂ ਮੈਂ ਵੇਖਾਂਗੀ ਨਾ ਅਗਰ ਵੱਜਣ ਵਾਲੀ ਹੋਈ ਤੇ ਤਾਂ ਹੀ ਖਰੀਦਾਂਗੀ ਤੁਸੀਂ ਬਾਜੀ ਫਿਰ 7 ਐਮਐਮ ਵਾਲੀ ਜੁੱਤੀ ਲਾ ਲਓ ਤੇ ਫਿਰ ਰੋਲਾ ਬਣੇ ਵਿੱਚ ਗੋਲੀਆਂ ਕੱਢ ਦਿਓ ਕਿੱਥੇ ਆਵਾ ਜਿੱਦੀ ਕਿ ਬਾਜੀ ਤੇ ਸਿਰਫ ਇੱਥੇ ਬੰਬ ਬਣਾ ਕੇ ਰੱਖਣਾ ਸੀ ਏਡੀ ਲਈ ਜਗ੍ਹਾ ਤੇ ਨਾ ਜਿੱਥੇ ਮੇਰੀ ਭੈਣ ਨੇ ਜ਼ੋਰ ਦੀ ਪੈਰ ਮਾਰਨਾ ਹੈ 300 ਬੰਦਾ ਤਬਾਹ ਹੋ ਜਾਣਾ 1 ਮਿੰਟ ਦੇ ਵਿੱਚ ਮੈਂ ਆ ਜਾਇਆ ਹੋਗੀ ਤੇ ਫਿਰ ਅੱਲਾ ਮਾਫੀ ਦੇ ਜਿੱਦੀ ਤੁਹਾਡੀ ਸਿਹਤ ਤੁਸੀਂ 7ਵੇਂ ਸਮਾਨ ਤੋਂ ਵੱਜ ਕੇ ਵਾਪਸ ਆ ਜਾਣਾ ਭਰਾ ਇੰਨੀ ਵੱਡੀ ਸਿਹਤ ਦਾ ਮੈਨੂੰ ਕੋਈ ਤੇ ਫਾਇਦਾ ਹੋਏਗਾ ਨਾ ਜੀ ਬਾਜੀ ਤੇਰੇ ਨਾਲ ਦੀ ਬੀਬੀ ਨੇ ਸਿਰਫ ਪਾਣੀ ਦਾ ਗਲਾਸ ਪੀ ਕੇ ਕਹਿੰਦੀ ਉਹ ਮੇਰਾ ਪੇਟ ਫੁੱਲ ਹੋ ਗਿਆ ਸਿਰਫ 2 ਘੰਟਿਆਂ ਦੇ ਰਾਜ ਜਾਂਦੀ ਬਸ ਜੁੱਤੀ ਲੈਣੀ ਬਾਜੀ ਜੁੱਤੀ ਲੈਣੀ ਆ ਯਾਰ ਬਾਜੀ 6 ਨੰਬਰ ਤੁਹਾਨੂੰ ਛੋਟਾ ਹੈ 5 ਨੰਬਰ ਤੁਹਾਨੂੰ ਵੱਡਾ ਹੈ ਮੇਰੀ ਗੱਲ ਸੁਣੋ 6 ਨੰਬਰ ਤੁਹਾਨੂੰ ਛੋਟਾ 7 ਨੰਬਰ ਤੁਹਾਨੂੰ ਵੱਡਾ ਤੁਸੀਂ ਜੁੱਤੀ ਚੜੋ ਤੁਹਾਡੇ ਪੈਰ ਤੇ ਸਾਇਆ ਹੈ ਤੁਸੀਂ ਕਿਸੇ ਨੂੰ ਚੈੱਕ ਕਰਾਓ ਤੁਹਾਡਾ ਪੈਰ ਹੀ ਨਹੀਂ ਠੀਕ ਹੈਗਾ ਨਾ ਮਾਫ ਕਰੇ ਅੱਲਾ ਮਾਫੀ ਦੇ 5 ਮਿੰਟ ਬਾਅਦ 5 ਨੰਬਰ ਦਾ ਹੋਏ ਮੈਂ ਥੋੜੀ ਦੇਰ ਬਾਅਦ ਨਹੀਂ ਮੇਰਾ ਨੰਬਰ ਨਾ ਪੈਰ ਦਾ 8 ਨੰਬਰ ਆ ਤੇ ਜਿੰਨੂੰ ਪੈਂਦਾ ਨਾ ਬੜੇ ਕਮਾਲ ਦਾ ਪੈਂਦਾ ਤੁਸੀਂ ਖਾਣਾ ਹੈ ਤੇ ਮੈਨੂੰ ਜ਼ਰੂਰ ਦੱਸਿਓ ਠੀਕ ਹੈ ਬਾਜੀ ਤੁਹਾਡਾ ਪੈਰ ਕੀ ਬਲੈਕ ਬੈਲਟ ਵਾਲੇ ਦਾ ਐਂ ਜੀ ਲੱਗਦਾ ਆ ਜਦੋਂ ਲੱਗਿਆ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਬਲੈਕ ਬੈਲਟ ਆ ਜੀ ਤੁਸੀਂ ਇਹ ਜੁੱਤੀਆਂ ਰਹਿਣ ਦਿਓ ਤੁਸੀਂ ਨਾ ਜੀ ਸਾਡੇ ਕੋਲੋਂ ਕਰਾਟੇ ਵਾਲੀਆਂ ਵੇਖ ਲਓ ਤੁਹਾਨੂੰ ਉਹ ਪਸੰਦ ਆਣੀ ਹੈ ਤੁਸੀਂ ਬਾਰ ਬਾਰ ਬ੍ਰਾਂਡ ਦੱਸੀ ਜਾ ਰਹੇ ਹੋ ਕਦੀ ਬੰਬ ਵਾਲੀਆਂ ਲੈ ਲਓ ਕਦੀ ਕਰਾਟੇ ਵਾਲੀਆਂ ਵਹਾਣ ਦੇ ਦੇ ਨਹੀਂ ਮੈਨੂੰ ਬਾਜੀ ਤੁਸੀਂ ਜਿਹੜੀ ਜੁੱਤੀ ਕਹੋਗੇ ਮੈਂ ਦਿਖਾ ਦਾਂਗਾ ਤੁਹਾਡੀ ਚੁਆਇਸ ਜੀ ਵੇ ਚਲੋ ਮੈਨੂੰ ਬੰਬ ਵਾਲੀਆਂ ਤੇ ਕਰਾਟੇ ਵਾਲੀਆਂ ਜੁੱਤੀਆਂ ਚਲੋ ਮੈਂ ਦਿਖਾ ਦਿੰਦਾ ਜੀ ਤੁਹਾਨੂੰ ਕਰਾਟੇ ਜੁੱਤੀਆਂ ਤੇ ਇਹਨਾਂ ਕੋ ਵਾਵਾ ਵਧੀਆ ਲੇਕਿਨ ਮੈਨੂੰ ਜੁੱਤੀ ਪਸੰਦ ਆ ਗਈ ਆ ਵੀਰੇ ਇਹਦੀ ਕੀਮਤ ਕੀ ਆ ਸਿਰਫ 1200 ਬਸ ਤੁਹਾਡੇ ਵਾਸਤੇ ਵਾਵਾ ਵਧੀਆ ਕੀਮਤ ਜੁੱਤੀ ਬਹੁਤ ਅੱਛੀ ਹੈ ਅੱਛਾ ਚੱਲ ਮੈਨੂੰ ਪੈਕ ਕਰ ਚਲੋ ਮੈਂ ਪੈਕ ਕਰ ਦਿੰਦਾ ਐ ਸਿੱਧੇ ਪੈਰ ਨੇ ਤੇ ਇਹਨਾਂ ਦੇ ਮੈਂ ਤਾਂ ਉਲਟੇ ਪੈਰ ਲੈ ਕੇ ਆਇਆ ਮੇਰਾ ਦਿਮਾਗ ਕਿਉਂ ਵੀਰੇ ਖਰਾਬ ਕਰ ਰਿਹਾ ਉਲਟੇ ਤੇ ਇੰਜ ਹੁੰਦੇ ਆ ਹੁਣ ਕਿਹੜੇ ਉਲਟੇ ਪੈਰ ਆਣੇ ਆ ਮੇਰੀ ਬਾਜੀ ਸਿੱਧੇ ਪੈਰ ਨੇ ਉਲਟੇ ਤੇ ਇੰਜ ਹੁੰਦੇ ਨੇ ਇਹਨਾਂ ਨੂੰ ਦੂਸਰੇ ਪੈਰ ਵੀ ਤਾਂ ਲੈ ਗਏ ਸਾਡੇ ਖਾਨਦਾਨ ਨੇ ਸਾਨੂੰ ਸਾਰੀਆਂ ਗੱਲਾਂ ਸਿਖਾਈਆਂ ਹੋਈਆਂ ਐ ਸਿੱਧੇ ਪੈਰ ਹੁੰਦੇ ਆ ਤੇ ਇੰਜ ਕਰਕੇ ਪੁੱਠੇ ਹੁੰਦੇ ਆ ਤੇ ਪੈਰ ਕਰ ਦੋ ਮੇਰਾ ਦਿਮਾਗ ਨਾ ਜਦੋਂ ਖਰਾਬ ਕਰ ਮੈਨੂੰ ਦਾਲ ਆਣ ਲੱਗਾ ਚੰਦ ਤੋਂ ਆਇਆ ਮੈਂ ਕਹਿ ਰਿਹਾ ਕਿ ਇਹਨਾਂ ਦੇ ਦੂਸਰੇ ਪੈਰ ਚਾਹੀਦੇ ਨੇ ਇੱਕ ਇੱਕ ਦਾਲ ਆਣ ਲੱਗਾ ਨਾ ਮੈਨੂੰ ਪਤਾ ਮੈਨੂੰ ਨਹੀਂ ਚਾਹੀਦੇ ਕੋਈ ਹੋਰ ਪੈਰ ਮੈਨੂੰ ਇਹ ਪੈਰ ਬਾਜੀ ਦਾਲ ਆਣਾ ਹੈ ਕਿ ਸ਼ਵਾਰਮਾ ਜਿਹਦੇ ਚ ਮੈਂ ਦਾਲ ਆ ਦੇਣਾ ਤੁਹਾਨੂੰ ਇਹਨਾਂ ਦੂਜੇ ਪੈਰ ਨਾਲ ਲਿਆਉਣ ਨਾਲ ਇੱਕ ਵਾਰ ਸਿੱਧੇ ਨਹੀਂ ਮੈਨੂੰ ਪਤਾ ਹੁਣ ਤੂੰ ਮੈਨੂੰ ਦਾਲ ਆਣ ਲੱਗਾ ਐਵੇਂ ਇਹ ਤਾਂ ਸਿੱਧਾ ਹੁੰਦਾ ਪੈਰ ਤੇ ਇੰਜ ਪੁੱਠਾ ਹੁੰਦਾ ਉਹ ਕਿਹੜਾ ਤੂੰ ਪੁੱਠਾ ਇਹਨਾਂ ਸੀ ਲੋਰ ਚੂਸ ਤੇ ਆਏ ਤੁਸੀਂ ਵੇਖ ਸਕਦੇ ਇਹਨਾਂ ਕੋਲੋਂ ਕਿੰਨੀ ਵੱਡੀਆ ਕਲੈਕਸ਼ਨ ਆ ਤੇ ਬੜੇ ਹੀ ਵਧੀਆ ਆ ਵੇਖ ਲਓ ਬ੍ਰਾਈਡਲ 'ਚ ਵੀ ਇਹਨਾਂ ਕੋ ਹੈ ਵਾ ਕੈਜੂਅਲ 'ਚ ਵੀ ਹੈ ਵਾ ਤੁਹਾਨੂੰ ਹੋਰ ਵੀ ਸਾਰਾ ਵਿਜ਼ਿਟ ਕਰਵਾਵਾਂਗੇ ਇਹਨਾਂ ਕੋ ਹਰ ਕਿਸਮ ਦੇ ਸ਼ੂਜ਼ਾਂ ਦੀ ਕਲੈਕਸ਼ਨ ਆ ਬੜੇ ਵਧੀਆ ਤੇ ਪ੍ਰਾਈਸ ਵੀ ਇਹਨਾਂ ਦੇ ਮناسب ਜੀ ਆ ਆਓ ਇੱਥੇ ਦੇ ਓਨਰ ਨਾਲ ਗੱਲ ਕਰ ਲਿਆ ਕਿ ਉਹਨਾਂ ਨੇ ਲੋਰ ਸ਼ੂਜ਼ ਕਿਦੋਂ ਦੇ ਜਿਹੜੇ ਆ ਨਾ ਐ ਸ਼ੋਪ ਓਪਨ ਕੀਤੀ ਸਰਗੋਦੇ ਦੇ ਹਰ ਇੱਕ ਇਨਸਾਨ ਦੇ ਮੂੰਹ ਤੇ ਇੱਕੋ ਹੀ ਨਾਮ ਆ ਲਾਹੌਰ ਸ਼ੂਜ਼ ਤੇ ਇਸ ਵਕਤ ਮੇਰੇ ਨਾਲ ਲੋਰ ਸ਼ੂਜ਼ ਦੇ ਓਨਰ ਮੌਜੂਦ ਆ ਤੇ ਮੂਰ ਇਹਨਾਂ ਕੋ ਜਾਣਨੇ ਕਿ ਲੋਰ ਸ਼ੂਜ਼ ਕਿਦੋਂ ਬਣਿਆ ਵਾ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਕੀ ਹਾਲ ਹੈ ਤੁਹਾਡਾ ਜੀ ਅੱਲਾ ਦਾ ਸ਼ੁਕਰ ਹੈ ਤੁਸੀਂ ਮੈਨੂੰ ਇਹ ਦੱਸੋ ਲੋਰ ਸ਼ੂਜ਼ ਕਿਦੋਂ ਬਣਿਆ ਵਾ ये 1997 में 14 अगस्त 1997 को ये हमने स्टार्ट किया था तो आज अल्लाह का शुक्र है ये एक्सटेंड हो गए यहाँ तक पहुँचे हैं अच्छा ते मैं ये भी सुनिया आ तुसी इत्थे गरीबा दी भी मदद कर दियो मैं बहुत लोका को बाहर सुनिया वा ते तुहाडे कस्टमर भी बहुत ही ना हैप्पी होके जांदे आ तुहाडी प्राइजेस इनियां घट आ तुसी की सोच के इनियां कम प्राइजेस रखियां भाई ये अल्लाह की तरफ से है अल्लाह जिसके भी दिल में डाल दे ये चीज बाकी होता है सब बेवा औरतों का भी सिस्टम एक बना हुआ है सारा बाकी यतीम बच्चों का भी हम शादी वगैरह करते हैं हर मंथ वो भी अल्लाह ने अल्लाह की तरफ से एक है एक चीज डाली हुई अल्लाह करवा देते हैं ਜੀ ਤੇ ਨਾਜ਼ਰੀਨ ਮੈਂ ਤੁਹਾਨੂੰ ਵੀ ਇਹੀ ਆਨੀ ਆ ਤੁਸੀਂ ਵੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਲੋਰ ਸ਼ੂਜ਼ ਤੇ ਬੜੀ ਕਮ ਰੇਟ ਤੇ ਨਾ ਸਾਰੀਆਂ ਚੀਜ਼ਾਂ ਅਵੇਲੇਬਲ ਆ ਜਿੱਦੇ ਚ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇਗੀ ਆਪਣੀ ਫੈਸ਼ਨ ਦੀ
ਤੇ ਆਓ ਤੁਹਾਨੂੰ ਹੋਰ ਵਿਖਾਣੇ ਆ ਜਾ ਕੇ ਬਾਹਰ ਲੋਰ ਸ਼ੂਜ਼ ਤੇ ਕਿਹੜੀ ਕਿਹੜੀ ਚੀਜ਼ ਅਵੇਲੇਬਲ ਆ। हमारी सबसे बड़ी बात है कि हमारी चेंजिंग वापसी लाइफ टाइम है। अब जब मर्जी चेंज कर सकते हो, वापस कर सकते हो और कस्टमर के लिए बहुत बड़ा बेनिफिट है। ठीक हो गया। और हमारे पास हर किस्म की सेल के ऑप्शन लगे हैं। फिर अगर कोई पाल हुए फिर खुशा वापस कराना जाते तभी वापस हो जाता है। हाँ, ट्राई के तौर पे आप कर सकते हैं, चेक कर सकते हैं। अगर टूट जाए तो हम लोग क्लेम ही करवा देते हैं। जी ते नाजरी ने ते ज्वेलरी भी बड़ी बढ़िया कलेक्शन आ ते तुहानू विखाया जाए ते इत्थे पौनियां वगैरह बच्चियां दी हर चीज मौजूद आ। इत्थे कलेक्शन वेख सकदे तुसी, ज्वेलरी दी बहुत ही सोहनी आ। इत्थे तुहानू हैंडबैग भी मिल जांदे आ बड़े प्यारे प्यारे, हर एक वैरायटी दे, हर एक ब्रांड दे। मैं तो तुहानू इही कहनी आ तुसी भी लोर शूज़ ते विजिट करो, तुहानू भी बहुत अच्छा लगेगा। अपनी होस्ट नूं दो इजाजत ते बिग न्यूज़ एजेंसी नूं सबसक्राइब करो। पसंद आए तो वीडियोज़ में जरूर लाइक करो तो कमेंट करना ना भूलिया करो। अल्लाह हाफिज़।